ਇੱਕ ਤੇਜ਼ ਰਫ਼ਤਾਰ ਟਿੱਪਰ ਹਾਦਸੇ ਦਾ ਸ਼ਿਕਾਰ ਹੋਇਆ। ਰਾਹ ਦੇ ਵਿਚਾਲੇ ਹੀ ਇਹ ਬਜਰੀ ਨਾਲ ਭਰਿਆ ਹੋਇਆ ਟਿੱਪਰ ਪਲਟ ਗਿਆ। ਦੱਸਿਆ ਜਾ ਰਿਹਾ ਹੈ ਕਿ ਬ੍ਰੇਕ ਫੇਲ ਹੋਣ ਦੇ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ ਅਤੇ ਮੌਕੇ 'ਤੇ ਹੀ ਹਫੜਾ ਦਫੜੀ ਮੱਚ ਗਈ। ਜੋ ਆਸੇ ਪਾਸੇ ਦੇ ਲੋਕ ਸੀ ਉਹ ਉਸ ਜਗ੍ਹਾ 'ਤੇ ਇਕੱਠੇ ਹੋ ਗਏ। ਬਚਾਅ ਇਹ ਰਿਹਾ ਕਿ ਇਸ ਵਿਚਾਲੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਰਾਹ ਦੇ ਵਿੱਚ ਜਿੱਦਾਂ ਹੀ ਇਹ ਬੇਕਾਬੂ ਹੋਇਆ ਟਿੱਪਰ ਪਲਟਿਆ ਤਾਂ ਰਾਹ ਦੇ ਆਸੇ ਪਾਸੇ ਜੋ ਬਜਰੀ ਹੈ ਉਹ ਖਿਲਰ ਗਈ, ਜਿਸ ਨਾਲ ਕਿ ਹੋਰਨਾਂ ਵਾਹਨਾਂ ਨੂੰ ਜੋ ਹੈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜੋ ਹੋਰ ਲੋਕ ਨਿਕਲ ਰਹੇ ਸੀ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਖਬਰ ਗੜਸ਼ੰਕਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸੜਕ 'ਤੇ ਹੀ ਓਵਰਲੋਡ ਟਿੱਪਰ ਬ੍ਰੇਕ ਫੇਲ ਹੋਣ ਕਾਰਨ ਪਲਟ ਗਿਆ। ਪਹਿਲਾਂ ਹੀ ਇਹ ਜੋ ਟਿੱਪਰ ਹੈ ਬਜਰੀ ਨਾਲ ਓਵਰਲੋਡ ਸੀ ਅਤੇ ਰਾਹ ਦੇ ਵਿਚਾਲੇ ਹੀ ਇਸਦੀ ਬ੍ਰੇਕ ਫੇਲ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇਹ ਅੱਗੇ ਜਾ ਕੇ ਪਲਟ ਜਾਂਦਾ, ਜਿਸ ਨਾਲ ਕਿ ਮੌਕੇ 'ਤੇ ਹਫੜਾ ਦਫੜੀ ਮੱਚ ਜਾਂਦੀ ਹੈ। ਸਥਾਨਕ ਲੋਕ ਇਕੱਠੇ ਹੋ ਜਾਂਦੇ ਨੇ ਅਤੇ ਇਹ ਹਾਦਸਾ ਗੜਸ਼ੰਕਰ ਨੰਗਲ ਰੋਡ 'ਤੇ ਵਾਪਰਿਆ, ਜਿੱਥੇ ਕਿ ਲੋਕਾਂ ਦਾ ਕਹਿਣਾ ਕਿ ਆਏ ਦਿਨ ਹੀ ਜੋ ਟਿੱਪਰ ਨੇ ਓਵਰਲੋਡ ਅਤੇ ਓਵਰ ਸਪੀਡ ਨਾਲ ਆਉਂਦੇ ਨੇ, ਜਿਸ ਨਾਲ ਕਿ ਵੱਡੇ ਹਾਦਸੇ ਆਉਂਦੇ ਨੇ। ਅਤੇ ਇਹ ਵੀ ਹਾਦਸਾ ਇਸੇ ਕਾਰਨ ਵਾਪਰਿਆ ਹੈ ਕਿਉਂਕਿ ਟਿੱਪਰ ਪਹਿਲਾਂ ਹੀ ਬਜਰੀ ਦੇ ਨਾਲ ਓਵਰਲੋਡ ਸੀ ਅਤੇ ਬ੍ਰੇਕ ਫੇਲ ਹੋਣ ਕਾਰਨ ਉਹ ਰਾਹ ਦੇ ਵਿੱਚ ਹੀ ਪਲਟ ਗਿਆ। ਮੈਂ ਦਰਸ਼ਨ ਸਿੰਘ ਮੱਟੂ, ਸਵਾਈ ਕਮਿਸ਼ਨਰ ਕੰਡੀ ਸੰਘਰਸ਼ ਕਮੇਟੀ, ਜਿਹੜੀ ਮੁੱਢ ਕਦੀਮ ਤੋਂ ਗੈਰ ਕਾਨੂੰਨੀ ਮਾਈਨਿੰਗ ਦੇ ਵਿਰੋਧ 'ਚ ਲੜਦੀ ਆ, ਓਵਰਲੋਡਡ ਟਿੱਪਰ ਟਰਾਲੇ ਘੋੜਿਆਂ ਦੇ ਵਿਰੋਧ 'ਚ ਖੜ੍ਹਦੀ ਆ, ਇਹ ਗੈਰ ਕਾਨੂੰਨੀ ਰਸਤਿਆਂ ਦਾ ਵਿਰੋਧ ਕਰਦੀ ਆ, ਇਹ ਕਲਗੀ ਜਿਹੜੀ ਸ਼ਿਵਾਲਿਕ ਦੀ ਆ ਉਹਨੂੰ ਅਜਾਣਨ ਦਾ ਜੋ ਉਪਰਾਲਾ ਹੋ ਰਿਹਾ ਉਹਦਾ ਡਟਵਾਂ ਵਿਰੋਧ ਕਰਦੀ ਆ। ਸਾਡੇ ਇਲਾਕੇ 'ਚ ਗੜਸ਼ੰਕਰ ਨੰਗਲ ਰੋਡ 'ਤੇ 17 ਇਹਨਾਂ ਟਿੱਪਰਾਂ ਟਰਾਲਿਆਂ ਘੋੜਿਆਂ ਕਰਕੇ ਮਰਡਰ ਹੋ ਚੁੱਕੇ ਆ, ਮਰ ਚੁੱਕੇ ਆ ਲੋਕ। ਅੱਜ ਵੀ ਸਵੇਰੇ ਸ਼ਾਹਪੁਰ ਇੱਕ ਟਿੱਪਰ ਪਲਟਿਆ, ਉਹ ਕਿਉਂ ਪਲਟਿਆ? ਕਿਉਂਕਿ ਸੜਕ ਚੌੜੀ ਘੱਟ ਆ। ਉਹ ਕਿਉਂ ਪਲਟਿਆ? ਕਿਉਂਕਿ ਓਵਰਲੋਡ ਅਤੇ ਓਵਰ ਸਪੀਡ ਜਾ ਰਿਹਾ। ਇਹ ਮੌਤ ਦਾ ਇੱਕ ਬੁੱਲਾ ਆ, ਮੌਤ ਦਾ ਇੱਕ ਤੂਫਾਨ ਆ, ਇੱਕ ਇਹ ਮੌਤ ਦੇ ਜਲਾਦ ਆ ਜਿਹੜੇ ਓਵਰਲੋਡ ਟਿੱਪਰ ਚਲਾਉਂਦੇ ਆ ਲਗਾਤਾਰ। ਉਹ ਲੋਕ ਜਿਹੜਾ ਮਾਈਨਿੰਗ ਮਾਫੀਆ, ਉਹਦੇ ਨੂੰ ਪੈਸਾ ਚਾਹੀਦਾ, ਲੋਕਾਂ ਦੀ ਜੀਵਨ ਦਾ ਕੋਈ ਉਹਨਾਂ ਕੋਲ ਮੁੱਲ ਨਹੀਂ। ਅਸੀਂ ਕੰਡੀ ਸੰਘਰਸ਼ ਕਮੇਟੀ ਵੱਲੋਂ ਪਹਿਲਾਂ ਵੀ ਮੰਗ ਕਰਦੇ ਆਏ ਹਾਂ ਵੀ ਸਮੇਂ ਦੇ ਅਨੁਸਾਰ ਇਹਨਾਂ ਦੀ ਓਵਰਲੋਡਿੰਗ ਬੰਦ ਹੋਵੇ ਅਤੇ ਸ਼ਾਹਪੁਰ ਇੱਕ ਕੰਡਾ ਵੀ ਚਾਲੂ ਕੀਤਾ ਜਾਵੇ। ਜਿਹੜੇ ਓਵਰਲੋਡ ਹੈਵੀ ਵਹੀਕਲ ਜਾਂਦੇ ਆ ਇਹਨਾਂ ਨੂੰ ਇੰਪਾਊਂਡ ਕੀਤਾ ਜਾਵੇ, ਇਹਨਾਂ ਨੂੰ ਜ਼ਬਤ ਕਰਕੇ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਸਾਡਾ ਆ ਕੰਢੀ ਦਾ ਸ਼ਿਵਾਲਿਕ ਦਾ ਮੁਕਤ ਵੀ ਬਚ ਸਕੇ, ਲੋਕਾਂ ਦੀ ਜਾਨ ਅਤੇ ਮਾਲ ਦੀ ਵੀ ਰਾਖੀ ਹੋ ਸਕੇ। ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਵੀ ਤੁਰੰਤ ਸੜਕ ਨੂੰ ਚੌੜਾ ਕੀਤਾ ਜਾਵੇ ਅਤੇ ਟਿੱਪਰ ਜਿਹੜੇ ਆ 80 ਟਨ ਦੇ 100 ਟਨ ਦੇ ਜੋ ਚੱਲਦੇ ਨਾ ਇਹ ਸੜਕਾਂ ਨੂੰ ਫਿਰ ਟੁੱਟਣ ਦੇ ਕਿਨਾਰੇ ਖੜ੍ਹੇ ਕਰ ਦਿੰਦੇ ਆ। ਸਾਡੀ ਸੜਕ 40 ਟਨ ਦੀ ਆ ਅਤੇ ਉੱਪਰ ਟਿੱਪਰ 100 ਟਨ ਦਾ ਚੱਲਦਾ, ਇਹ ਬਹੁਤਾ ਸਮਾਂ ਕੱਟ ਨਹੀਂ ਸਕਦੀ। ਇਸ ਕਰਕੇ ਇਹਨਾਂ ਟਿੱਪਰਾਂ 'ਤੇ ਨਕੇਲ ਕੱਸੀ ਜਾਵੇ ਅਤੇ ਜਿਹੜੇ ਟਿੱਪਰਾਂ ਦੇ ਮਾਲਕ ਆ ਉਹਨਾਂ ਨੂੰ ਵੀ ਵਿੱਚ ਰੱਖਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਇਹ ਵੀ ਠੀਕ ਚਲਾ ਸਕਣ। ਮੈਂ News 18 ਦਾ ਬਹੁਤ ਧੰਨਵਾਦੀ ਹਾਂ, ਜਦੋਂ ਵੀ ਕਿਸੇ ਦਾ ਕੋਈ ਮਸਲਾ ਹੁੰਦਾ ਇਹ ਲੋਕਾਂ ਨੂੰ ਹਾਈਲਾਈਟ ਕਰਦੇ ਆ। ਧੰਨਵਾਦ ਜੀ। ਮੈਂ ਸੁਭਾਸ਼ ਮੱਟੂ, ਵਾਈਸ ਪ੍ਰੈਜ਼ੀਡੈਂਟ ਜਨਵਾਦੀ ਇਸਤਰੀ ਸਭਾ ਅਤੇ ਚੇਅਰਪਰਸਨ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਇਹ ਮੰਗ ਕਰਦੀ ਹਾਂ, ਕਿਉਂਕਿ ਸਾਡਾ ਨੰਗਲ ਰੋਡ ਜਿਹੜਾ ਆ ਇਹਦੇ 'ਤੇ ਟਿੱਪਰ ਟਰਾਲੇ ਜਿਹੜੇ ਆ ਓਵਰਲੋਡ ਗੱਡੀਆਂ ਜਾਂਦੀਆਂ ਅਤੇ ਬਹੁਤ ਸਪੀਡ 'ਚ ਜਾਂਦੀਆਂ। ਅਸੀਂ ਪਿੱਛੇ ਜਿਹੜਾ ਮਰਡਰ ਹੋਇਆ DSP ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਵੀ ਇਹਨਾਂ ਦੀ ਸਪੀਡ ਜਿਹੜੀ ਆ ਲਿਮਿਟ ਰੱਖੀ ਜਾਵੇ।
ਅਤੇ ਟਾਈਮਿੰਗ ਜਿਹੜੀ ਆ ਉਹ ਰੱਖੀ ਜਾਵੇ। ਪਰ ਉਹ ਦੋ ਕੁ ਦਿਨ ਇੱਦਾਂ ਹੋਇਆ, ਟਾਈਮਿੰਗ ਤਾਂ ਜਿਹੜੀ ਆ ਠੀਕ ਆ, ਪਰ ਜਿਹੜੀਆਂ ਗੱਡੀਆਂ ਜਾਂਦੀਆਂ ਆ ਸੜਕ ਛੋਟੀ ਆ, ਕਿਉਂਕਿ ਪਹਿਲਾਂ ਵੱਡੀ ਸੜਕ ਸੀ, ਇੰਨੀ ਛੋਟੀ ਬਣਾ ਦਿੱਤੀ। ਪਰ ਜਿਹੜਾ ਪਲਟਿਆ ਉੱਥੇ ਬਹੁਤ ਐਕਸੀਡੈਂਟ ਹੁੰਦੇ ਆ, ਕਿਉਂਕਿ ਸੜਕ ਚੌੜੀ ਹੋਣ ਕਰਕੇ, ਘੱਟ ਚੌੜੀ ਹੋਣ ਕਰਕੇ ਗੱਡੀਆਂ ਜਿਹੜੀਆਂ ਇੱਕ ਉੱਧਰੋਂ ਉੱਧਰੋਂ ਬਾਈਪਾਸ ਨਹੀਂ ਹੁੰਦੀਆਂ, ਵਿੱਚ ਵਾਲਾ ਬੰਦਾ ਜਾ ਰਿਹਾ ਉੱਦਾਂ ਹੀ ਉਹਦਾ ਪਿੱਛੋਂ ਕੱਢ ਦਿੰਦੇ ਆ। ਇਸ ਕਰਕੇ ਹੋਰ ਜਿਹੜੇ ਐਕਸੀਡੈਂਟ ਹੋਣ ਤੋਂ ਬਚਣ, ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ, ਪ੍ਰਸ਼ਾਸਨ ਤੋਂ ਵੀ, ਭਈ ਜਿਹੜੇ ਗੱਡੀਆਂ ਦੀ ਜਿਹੜੀ ਆ ਜਿਹੜੇ ਮਾਲਕ ਆ, ਜਦੋਂ ਬੰਦਾ ਮਰ ਜਾਂਦਾ ਤਾਂ ਡਰਾਈਵਰ ਦੀ ਜ਼ਮਾਨਤ ਕਰਾ ਲੈਂਦੇ ਆ, ਫਿਰ ਕਹਿੰਦੇ ਫਿਰ ਉਹਦੀ ਜ਼ਮਾਨਤ ਕਰਾ ਲੈਂਦੇ, ਜਿਹੜੇ ਮਾਲਕ ਆ ਉਹਨਾਂ ਨੂੰ ਪਨਿਸ਼ ਕੀਤਾ ਜਾਵੇ, ਤਾਂ ਕਿ ਸਾਡੀ ਜਿਹੜੀ ਖੂਨੀ ਸੜਕ ਬਣ ਗਈ ਇੱਥੇ, ਲੋਕ ਜਿਹੜੇ ਆ ਉਹ ਚੰਗੀ ਮਤਲਬ ਤੁਰ ਸਕਣ। ਸਾਨੂੰ ਤਾਂ ਇਹ ਨਹੀਂ ਪਤਾ ਹੁੰਦਾ ਵੀ ਜੇ ਅਸੀਂ ਤੁਰੇ ਜਾਂਦੇ ਹਾਂ ਕਿਲੋਮੀਟਰ 'ਤੇ ਜਾ ਕੇ ਅਸੀਂ ਮੁੜ ਕੇ ਘਰ ਆਉਣਾ ਕਿ ਨਹੀਂ ਆਉਣਾ। ਸੜਕ ਚੌੜੀ ਕੀਤੀ ਜਾਵੇ ਅਤੇ ਟਿੱਪਰਾਂ ਦੀ ਟਰਾਲਿਆਂ ਦੀ ਓਵਰਲੋਡਿੰਗ ਬੰਦ ਹੋਵੇ ਅਤੇ ਸਪੀਡ ਜਿਹੜੀ ਲਿਮਿਟ ਰੱਖੀ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੰਢੀ ਸੰਘਰਸ਼ ਕਮੇਟੀ, ਜਨਵਾਦੀ ਅਸਰੀ ਸਭਾ ਅਤੇ ਹੋਰ ਸਮਾਜਿਕ ਸਵੈ ਸੇਵਕ ਜਥੇਬੰਦੀਆਂ ਨੂੰ ਸਾਰਿਆਂ ਨੂੰ ਲੈ ਕੇ ਰੋਡ ਜਾਮ ਕੀਤਾ ਜਾਊਗਾ। ਜਦ ਤੱਕ ਸਰਕਾਰ ਦੇ ਕੰਨਾਂ 'ਤੇ ਜੂਨ ਨਹੀਂ ਸਰਕਦੀ, ਅਸੀਂ ਫਿਰ ਉੱਠਣਾ ਨੇ। ਬਹੁਤ ਬਹੁਤ